अमृतसर च एक नौजवान नूं नंगा करके उस नूं इलाके च कुमान दे मामले च हुण पुलिस हरकत विच आ गई है। इस मामले च हुण पुलिस ने कुछ नौजवानां दे उत्ते अपराधिक मामला भी दर्ज कर दिता है। इस दे नाल ही कारवाई भी शुरू कर दिती है। दरअसल एक वीडियो सोशल मीडिया दे उत्ते वायरल हुई सी, जिस विच एक नौजवान नूं बुरी तरह नाल मार के उस दे नाल उस नूं लहू लुहान करके पूरे इलाके च चक्कर लगवाया जा रहा सी। ਕੁੱਟਮਾਰ ਹੋਈ, ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਨੰਗਾ ਕਰਕੇ ਇਲਾਕੇ ਦੇ ਵਿੱਚ ਘੁਮਾਇਆ ਗਿਆ। ਉਸ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਵੀ ਇਹ ਕਿਤੇ 88 ਫੁੱਟ ਰੋਡ ਦੇ ਲਾਗੇ ਕੋਈ ਸੰਧੂ ਕਲੋਨੀ ਹੈਗੀ ਹੈ, ਉੱਥੋਂ ਦਾ ਹੈਗਾ ਸੀਗਾ। ਅਤੇ ਉੱਥੇ ਉਸ ਤਫਤੀਸ਼ ਦੇ ਆਧਾਰ 'ਤੇ ਸਾਡੇ ਮੁੱਖ ਅਫਸਰ ਰਾਜਵਿੰਦਰ ਕੌਰ ਹੈਗੇ, ਇਹਨਾਂ ਵੱਲੋਂ ਤਫਤੀਸ਼ ਕਰਦੇ ਹੋਏ ਮੁਕੱਦਮੇ ਦੀ ਜਿਹੜੀ ਮਸਲੇ ਦੀ ਜੜ੍ਹ ਤੱਕ ਪਹੁੰਚਿਆ ਗਿਆ। ਅਤੇ ਪਹੁੰਚ ਕੇ ਉਹ ਜਿਹੜੇ ਕਲਪਰੇਟ ਸੀਗੇ ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਨੋਮੀਨੇਟ ਕੀਤਾ। ਅਸੀਂ ਇਹਦੇ 'ਚ 323, 342, 324, 374B ਅਤੇ 67 ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਉਹਨਾਂ 'ਤੇ ਕਾਰਵਾਈ ਕੀਤੀ ਹੈ। ਅਤੇ ਜਲਦ ਹੀ ਉਹਨਾਂ ਦੋਸ਼ੀਆਂ ਦੀ ਅਸੀਂ ਪਛਾਣ ਕਰ ਲਈ ਹੈ, ਜਲਦ ਹੀ ਉਹ ਸਲਾਖਾਂ ਦੇ ਵਿੱਚ ਹੋਣਗੇ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।